ਸੋ ਛਿਰੀ ਗੱਲ ਦੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਗੱਲ ਕਰਦੇ ਹਾਂ 20 ਤੋਂ ਲੈ ਕੇ 28 ਫਰਵਰੀ ਮੌਸਮ ਦੀ ਕਿ ਇਹਨਾਂ ਅੰਤਿਮ ਦਿਨਾਂ ਦੇ ਵਿੱਚ ਪੰਜਾਬ ਮੌਸਮ ਵਿੱਚ ਕੀ ਕੀ ਹਲਚਲ ਰਹਿਣ ਵਾਲੀ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਨਵੇਂ ਸਿਸਟਮ ਵੈਸਟਰਨ ਡਿਸਰਬੈਂਸ ਪਹੁੰਚ ਰਹੇ ਨੇ ਜਿਹੜੇ ਕਿ ਲਗਭਗ ਕਹੀ ਆਪਾਂ ਇੱਕ ਲਗਾਤਾਰ ਲਾਈਨ ਦੇ ਵਿੱਚ ਆ ਰਹੇ ਨੇ ਇੱਕ ਸਿਸਟਮ ਅੱਗੇ ਨਿਕਲੇਗਾ ਤੇ ਦੂਜਾ ਐਂਟਰ ਕਰਨ ਲਈ ਤਿਆਰ ਹੋਵੇਗਾ ਸੋ ਇੰਨਾ ਸਿਸਟਮਾਂ ਦਾ ਪ੍ਰਭਾਵ ਪੰਜਾਬ ਉੱਪਰ ਕਿੰਨਾ ਕੁ ਪਵੇਗਾ ਕਿਹੜੇ ਇਲਾਕਿਆਂ ਵਿੱਚ ਬਰਸਾਤੀ ਕਾਰਵਾਈਆਂ ਮੀਂਹ ਜਾਂ ਹੋਰ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਸਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੇ ਸਮੇਂ ਦੀ ਹਰ ਮੌਸਮ ਦੀ ਅਪਡੇਟ ਸਮੇਂ-ਸਮੇਂ ਤੇ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਜਿਵੇਂ ਕਿ ਆਪਾਂ ਤਾਜ਼ਾ ਸਕਰੀਨ ਤੇ ਦੇਖ ਰਹੇ ਹਾਂ ਤਾਜ਼ਾ ਸੈਟਲਾਈਟ ਤਸਵੀਰ ਹੈ ਤੇ ਜਿਹਦੇ ਵਿੱਚ ਇੱਕ ਕਿਹੜਾ ਨਵਾਂ ਸਿਸਟਮ ਆ ਉਹ ਪਹਾੜੀ ਇਲਾਕਿਆਂ ਵਿੱਚ ਐਂਟਰ ਹੋਣ ਲਈ ਤਿਆਰ ਹੈ ਜਿਹੜਾ ਕਿ 20 ਫਰਵਰੀ ਸਵੇਰ ਤੋਂ ਹੀ ਐਕਟਿਵ ਰੂਪ ਵਿੱਚ ਪਹਾੜੀ ਇਲਾਕਿਆਂ ਵਿੱਚ ਜੇ ਜੰਮੂ ਹਿਮਾਚਲ ਤੋਂ ਲੈ ਕੇ ਉੱਤਰਾਖੰਡ ਉਤਰਾੰਚਲ ਦੇ ਸਾਰੇ ਇਲਾਕਿਆਂ ਦੇ ਵਿੱਚ ਚੰਗੀ ਬਰਸਾਤੀ ਗਤੀਵਿਧੀਆਂ ਤੇ ਬਰਫ਼ਵਾਰੀ ਦੇਖੇ ਜਾਵੇਗਾ ਤੇ ਇਹ ਸਿਸਟਮ ਨੇ ਜਿਹੜੇ ਇਹ ਲਗਾਤਾਰ ਇੱਕ ਦੀ ਇੱਕ ਮਗਰ ਆਉਂਦੇ ਰਹਿਣਗੇ ਤੇ 20 ਫਰਵਰੀ ਤੋਂ ਲੈ ਕੇ ਲਗਭਗ ਉਮੀਦ ਹੈ ਕਿ ਫਰਵਰੀ ਦੇ ਅੰਤਿਮ ਦਿਨਾਂ ਤੱਕ ਇਹ ਇਸੇ ਤਰ੍ਹਾਂ ਦਾ ਮੌਸਮ ਜਾਰੀ ਰਹੇ ਪੰ ਪਹਾੜੀ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਆਪਾਂ ਨੂੰ ਬਰਸਾਤੀ ਕਾਰਵਾਈਆਂ ਬਰਫਵਾਰੀ ਦੇਖਣ ਨੂੰ ਮਿਲੇਗੀ ਅਤੇ ਅਲਰਟ ਦੇ ਤੌਰ ਤੇ ਭਾਰੀ ਬਰਫਵਾਰੀ ਵੀ ਕਈ ਹਿੱਸਿਆਂ ਵਿੱਚ ਹੋ ਸਕਦੀ ਹੈ ਤੇ ਜੇ ਹੁਣ ਮੈਦਾਨੀ ਭਾਗਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਉੱਪਰ ਇਸ ਦਾ ਪ੍ਰਭਾਵ ਹਾਲੇ ਕੋਈ ਖਾਸ ਨਜ਼ਰ ਨਹੀਂ ਆ ਰਿਹਾ ਕਿਉਂਕਿ ਇਹ ਸਿਸਟਮ ਹੈ ਜਿਹੜੇ ਜ਼ਿਆਦਾਤਰ ਪਹਾੜੀ ਇਲਾਕਿਆਂ ਨੂੰ ਹੀ ਪ੍ਰਭਾਵਿਤ ਕਰਨਗੇ ਅਤੇ ਪਹਾੜੀ ਇਲਾਕਿਆਂ ਤੋਂ ਹੀ ਆਂਦੇ ਹੋਏ ਅੱਗੇ ਪੂਰਬੀ ਦਿਸ਼ਾ ਵੱਲ ਨੂੰ ਗੁਜ਼ਰ ਜਾਣਗੇ ਪਰ ਇੱਕ ਜਿਹੜਾ ਸਿਸਟਮ ਲਗਭਗ 23-24 ਦੇ ਕਰੀਬ ਆ ਰਿਹਾ ਤਾਂ ਉਹ ਪੰਜਾਬ ਦੇ ਇਲਾਕਿਆਂ ਨੂੰ ਬੱਦਲਬਾਜ਼ੀ ਦੇ ਅਧੀਨ ਲਿਆ ਸਕਦਾ ਹੈ ਜਿਸ ਦੇ ਚਲਦੇ ਨੇ ਪਰ ਕਿਸੇ ਵੀ ਇਲਾਕੇ ਵਿੱਚ ਕੋਈ ਜ਼ਿਆਦਾ ਮੀਂਹ ਦਾ ਅਸਰ ਨਹੀਂ ਹਨ ਲਗਭਗ 20 ਤੋਂ ਲੈ ਕੇ 28 ਫਰਵਰੀ ਪੰਜਾਬ ਦਾ ਮੌਸਮ ਖੁਸ਼ਕ ਹੀ ਬਣਿਆ ਰਹੇਗਾ ਪਰ ਇਹਨਾਂ ਦਿਨਾਂ ਦੌਰਾਨ ਟੁੱਟਵੇਂ ਰੂਪ ਵਿੱਚ ਬੱਦਲਵਾਈ ਆ ਦੇਖਣ ਨੂੰ ਮਿਲਦੀ ਰਹੇਗੀ ਕਈ ਦਿਨਾਂ ਦੇ ਵਿੱਚ ਸੰਘਣੀ ਬੱਦਲਵਾਈ ਦਾ ਦੌਰ ਵੀ ਦਿਨ ਦੇ ਸਮੇਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲੂਗਾ ਖਾਸ ਤੌਰ ਤੇ ਜੋ ਪੰਜਾਬ ਦੇ ਪੱਛਮੀ ਅਤੇ ਉੱਤਰੀ ਇਲਾਕੇ ਹੋਣਗੇ ਭਾਵ ਤਰਾਈ ਇਲਾਕੇ ਜਿਹੜੇ ਜਿਵੇਂ ਆਪਾਂ ਗੱਲ ਕਰੀਏ ਪਠਾਨਕੋਟ ਹੋ ਗਿਆ ਹੁਸ਼ਿਆਰਪੁਰ ਗੁਰਦਾਸਪੁਰ ਅਮਰਸਰ ਦੇ ਭਾਗ ਜਲੰਧਰ ਕਪੂਰਥਲਾ ਹੋ ਗਿਆ ਤੇ ਇਹਨਾਂ ਜ਼ਿਲ੍ਹਿਆਂ ਦੇ ਉਸ ਤੋਂ ਬਾਅਦ ਆਪਾਂ ਨੰਗਲ ਕਹਿ ਸਕਦੇ ਆ ਆਨੰਦਪੁਰ ਸਾਹਿਬ ਰੂਪਨਗਰ ਹੋ ਗਿਆ ਚੰਡੀਗੜ੍ਹ ਮੋਹਾਲੀ ਨਾਲ ਲੱਗਦੇ ਇਲਾਕੇ ਇਹਨਾਂ ਇਲਾਕਿਆਂ ਦੇ ਵਿੱਚ ਬਦਲਬਾਈ ਜਿਹੜੀ ਜ਼ਿਆਦਾਤਰ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਦੇਖਣ ਨੂੰ ਮਿਲਦੀ ਰਹੇਗੀ ਪਰ ਪਠਾਨਕੋਟ ਦੇ ਕਈ ਹਿੱਸਿਆਂ ਦੇ ਵਿੱਚ ਆਪਾਂ ਨੂੰ ਬਰਸਾਤੀ ਕਾਰਵਾਈਆਂ ਇਹਨਾਂ ਦਿਨਾਂ ਵਿੱਚ ਟਟਮੀ ਰੂਪੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਤੋਂ ਬਿਨਾ ਬਾਕੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਹਾਲੇ ਕੋਈ ਮੀਂਹ ਦੇ ਅਸਰ ਨਹੀਂ ਹਨ ਇਹ ਜਾਂਉਂਦੇ ਜਾਂਦੇ ਬੱਦਲ ਕੁਝ ਹਿੱਸਿਆਂ ਦੇ ਵਿੱਚ ਹਲਕੀ ਫੁਲਕੀ ਬੂੰਦਾਬੰਦੀ ਦੇ ਸਕਦੇ ਨੇ ਪਰ ਕਿਸੇ ਇਲਾਕੇ ਵਿੱਚ ਕੋਈ ਦਰਮਿਆਨੀ ਜਾਂ ਫਿਰ ਭਾਰੀ ਮੀਂਹ ਦੇ ਅਸਰ ਬਿਲਕੁਲ ਨਹੀਂ ਹਨ ਹਵਾਵਾਂ ਲਗਾਤਾਰ ਉੱਤਰ-ਪੱਛਮੀ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਇਸ ਦੇ ਦੌਰਾਨ ਕੁਝ ਹਿੱਸਿਆਂ ਦੇ ਵਿੱਚ ਉੱਤਰ-ਪੂਰਬੀ ਹਵਾਵਾਂ ਦਾ ਰੁਖ ਵੀ ਦੇਖਣ ਨੂੰ ਮਿਲ ਸਕਦਾ ਹੈ ਇਸ ਦੇ ਦੌਰਾਨ ਹੀ ਤਾਪਮਾਨ ਦੇ ਵਿੱਚ ਵੀ ਵਾਧਾ ਲਗਾਤਾਰ ਜਾਰੀ ਰਹੇਗਾ ਅਤੇ ਫਰਵਰੀ ਮਹੀਨੇ ਦੇ ਅੰਤੋਂ ਆਦੇ ਆਦੇ ਤਾਪਮਾਨ ਆ ਜੋ 30 ਡਿਗਰੀ ਦੇ ਆਸ-ਪਾਸ ਪਹੁੰਚ ਜਾਵੇਗਾ ਜੋ ਦਿਨ ਦਾ ਵੱਧੋ-ਵੱਧ ਤਾਪਮਾਨ ਹੈ ਤੇ ਘੱਟੋ-ਘੱਟ ਤਾਪਮਾਨ ਵੀ ਲਗਭਗ 15 ਡਿਗਰੀ ਦੇ ਆਸ-ਪਾਸ ਆ ਜਾਵੇਗਾ ਤੇ ਜੇਕਰ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਵਿੱਚ ਕੋਈ ਤਬਦੀਲੀ ਆਉਂਦੀ ਹੈ ਜਾਂ ਕਿਸੇ ਇਲਾਕੇਆਂ ਵਿੱਚ ਮੀਂਹ ਪੈਣ ਦੇ ਅਸਰ ਬਣਦੇ ਨੇ ਤਾਂ ਉਸ ਦੀ ਅਪਡੇਟ ਵੀ ਆਪਾਂ ਸਮੇਂ ਤੋਂ ਪਹਿਲਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਜਾਵਾਂਗੇ ਸੋ ਲਗਾਤਾਰ ਮੌਸਮ ਦੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਜ਼ਰੂਰ ਬਨੇ ਰਹੋ ਧੰਨਵਾਦ ਜੀ